ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਜਿਹੜਾ ਕਿਸਾਨ ਹੈ ਉਹਦਾ ਜਿਹੜਾ ਸਭ ਤੋਂ ਵੱਡਾ ਰੱਬ ਹੁੰਦਾ ਹੈ ਨਾ ਉਹ ਹੁੰਦਾ ਪਟਵਾਰੀ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਡੀਸੀ ਕੌਣ ਹੁੰਦਾ ਤਹਿਸੀਲਦਾਰ ਕੌਣ ਹੁੰਦਾ ਕਿਉਂਕਿ ਪਟਵਾਰੀ ਨਾਲ ਹੀ ਸਾਰਾ ਕੰਮ ਪੈਂਦਾ ਸੀ ਤੇ ਉਹ ਸਮਝਦੇ ਸੀ ਪਟਵਾਰੀ ਤੋਂ ਵੱਡਾ ਅਫਸਰ ਕੋਈ ਨਹੀਂ ਹੈਗਾ ਤੇ ਇਹ ਗੱਲ ਵੀ ਸੱਚੀ ਹੈ ਉਹਨੂੰ ਵਿਰਾਸਤ ਕਿਸੇ ਦੀ ਕੋਈ ਕਿਸੇ ਦੇ ਨਾਂ ਤੇ ਸਾਰੀ ਜ਼ਮੀਨ ਕਰ ਦਿੰਦਾ ਹੈ ਜਾਂ ਬਜ਼ੁਰਗਾਂ ਦੀ ਫੌਤ ਹੋ ਜਾਂਦੇ ਆ ਉਹ ਸਵਰਗਵਾਸ ਹੋ ਜਾਂਦੇ ਆ ਤਾਂ ਉਹਨਾਂ ਦੀ ਜ਼ਮੀਨ ਉਹਨਾਂ ਦੇ ਗਾਂ ਬੱਚਿਆਂ ਦੇ ਨਾਂ ਤੇ ਚੜਦੀ ਹੈ ਤਾਂ ਇੱਥੇ ਕਈ ਵਾਰੀ ਛੋਟੀਆਂ ਛੋਟੀਆਂ ਗਲਤੀਆਂ ਹੁੰਦੀਆਂ ਮਿੰਦਰ ਕੌਰ ਲਿਖਣਾ ਸੀ ਮਿੰਦਰ ਸਿੰਘ ਲਿਖ ਦਿੱਤਾ ਜ਼ਮੀਨ ਦਾ ਹਿੱਸਾ 3/4 ਲਿਖਣਾ ਸੀ 1/4 ਲਿਖਿਆ ਗਿਆ ਸੋ ਇਹ ਛੋਟੀਆਂ-ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਪਤਾ ਉਦੋਂ ਲੱਗਦਾ ਜਦੋਂ ਸਾਨੂੰ ਲੋੜ ਪੈਂਦੀ ਹੈ। ਕਿਸਾਨ ਭੈਣੋ ਤੇ ਕਿਸਾਨ ਭਰਾਓ ਸਤਿ ਸ੍ਰੀ ਅਕਾਲ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਜਿਹੜਾ ਕਿਸਾਨ ਹੈ ਉਹਦਾ ਜਿਹੜਾ ਸਭ ਤੋਂ ਵੱਡਾ ਰੱਬ ਹੁੰਦਾ ਹੈ ਨਾ ਉਹ ਹੁੰਦਾ ਪਟਵਾਰੀ ਤੁਸੀਂ ਕਈਆਂ ਨੇ ਗੱਲ ਵੀ ਸੁਣੀ ਹੋਣੀ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਡੀਸੀ ਕੌਣ ਹੁੰਦਾ ਤਹਿਸੀਲਦਾਰ ਕੌਣ ਹੁੰਦਾ ਕਿਉਂਕਿ ਪਟਵਾਰੀ ਨਾਲ ਹੀ ਸਾਰਾ ਕੰਮ ਪੈਂਦਾ ਸੀ ਤੇ ਉਹ ਸਮਝਦੇ ਸੀ ਪਟਵਾਰੀ ਤੋਂ ਵੱਡਾ ਅਫਸਰ ਕੋਈ ਨਹੀਂ ਹੈਗਾ ਤੇ ਇਹ ਗੱਲ ਵੀ ਸੱਚੀ ਹੈ ਤੇ ਉਹ ਕਿਸੇ ਨੂੰ ਦੁਆ ਵੀ ਦਿੰਦੇ ਸੀ ਅਸੀਸ ਦਿੰਦੇ ਸੀ ਤੇ ਉਹ ਕਹਿੰਦੇ ਸੀ ਜਾ ਤੈਨੂੰ ਰੱਬ ਛੇਤੀ ਪਟਵਾਰੀ ਲਾ ਦੇ ਕਿਉਂਕਿ ਪਟਵਾਰੀ ਦੇ ਕੋਲੇ ਜਿਹੜਾ ਰਿਕਾਰਡ ਹੈ ਤੁਹਾਡੀ ਜ਼ਮੀਨ ਦਾ ਉਹ ਇੰਨਾ ਤਕੜਾ ਕਿ ਜੇਕਰ ਉਹ ਜੇ ਥੋੜੀ ਜਿਹੀ ਗਲਤੀ ਹੋ ਜੇ ਤੇ ਉਹ ਤੁਹਾਡੀਆਂ ਪੁਸ਼ਤਾਂ ਜਿਹੜੀਆਂ ਲੰਘ ਜਾਂਦੀਆਂ ਨੇ ਫਿਰ ਉਹ ਗਲਤੀਆਂ ਕਈ ਵਾਰੀ ਸੁਧਰਦੀਆਂ ਨਹੀਂ ਆ ਗਈਆਂ ਸੋ ਪਟਵਾਰੀ ਦੀ ਬਹੁਤ ਇੱਜ਼ਤ ਪਿੰਡਾਂ ਦੇ ਵਿੱਚ ਹੁੰਦੀ ਸੀ ਹੁਣ ਵੀ ਕਰਦੇ ਆ ਭਾਵੇਂ ਕਿ ਕਈਆਂ ਨੇ ਇੱਜ਼ਤ ਕਟਵਾ ਲਈ ਹੈ ਹੁਣ ਸਮੇਂ ਦੇ ਨਾਲ-ਨਾਲ ਲਾਲਚ ਵੀ ਆ ਜਾਂਦਾ ਪਰ ਹਾਲੇ ਵੀ ਪਟਵਾਰੀ ਦੇ ਹੱਥ ਵਿੱਚ ਜਿਹੜੀ ਕਲਮ ਹੁੰਦੀ ਆ ਉਹਦੇ ਵਿੱਚ ਬੜੀ ਪਾਵਰ ਹੈ ਤੇ ਉਹ ਪਾਵਰ ਕਈ ਵਾਰੀ ਗਲਤ ਵੀ ਹੋ ਜਾਂਦੀ ਆ ਖੈਰ ਆਪਾਂ ਉਸ ਪਾਸੇ ਨਹੀਂ ਜਾਣਾ ਆਪਾਂ ਗੱਲ ਇਹ ਕਰਨੀ ਆ ਕਿ ਜਿਹੜਾ ਜ਼ਮੀਨ ਦਾ ਰਿਕਾਰਡ ਹੈ ਉਹ درست ਹੋਣਾ ਚਾਹੀਦਾ ਹੈ ਉਹਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣੀਆਂ ਨੇ ਪਰ ਫੇਰ ਵੀ ਆਪਾਂ ਕਈ ਵਾਰੀ ਅਣਗਹਿਲੀ ਕਰ ਜਾਂਦੇ ਆ ਤੇ ਜਦੋਂ ਰਿਕਾਰਡ ਕਢਾ ਕੇ ਵੇਖਦੇ ਆ ਤੇ ਪਤਾ ਲੱਗਦਾ ਕਿ ਉੱਥੇ ਤੇ ਕੁਝ ਨਾ ਕੁਝ ਹੋਰ ਹੋਇਆ ਪਿਆ ਹੋਇਆ ਭਾਵ ਕੀ ਕਿ ਦੇਖੋ ਹਰ 50 ਸਾਲਾਂ ਮਗਰੋਂ ਜਮ੍ਹਾਂ ਬੰਦੀ ਬਦਲਦੀ ਹੈ ਨਵੀਂ ਜਮ੍ਹਾਂ ਬੰਦੀ ਬਣਦੀ ਹੈ ਕਿਉਂਕਿ ਕਈਆਂ ਨੇ ਕਈ ਜ਼ਮੀਨਾਂ ਵੰਡੀਆਂ ਜਾਂਦੀਆਂ ਨੇ ਵਿਰਾਸਤ ਅੱਗੇ ਚੜ ਜਾਂਦੀ ਹੈ ਕਈਆਂ ਨੇ ਲੋਨ ਲਿਆ ਹੁੰਦਾ ਉਹ ਐਂਟਰੀਆਂ ਹੁੰਦੀਆਂ ਸੋ ਨਵੀਂ ਜਮ੍ਹਾਂ ਬੰਦੀ ਬਣਦੀ ਹੈ ਤੇ ਜਦੋਂ ਨਵਾਂ ਜ ਨਵੀਂ ਜਮ੍ਹਾਂ ਬੰਦੀ ਬਣਦੀ ਹੈ ਬਣ ਤੇ ਹੁਣ ਪਹਿਲਾਂ ਹੱਥਾਂ ਨਾਲ ਬਣਾਉਂਦੇ ਸੀ ਉਹ ਲਿਖਦੇ ਸੀਗੇ ਹੁਣ ਕੰਪਿਊਟਰ ਤੇ ਚੜਦੀ ਆ ਪਰ ਉਹਦਾ ਰਿਕਾਰਡ ਫੇਰ ਵੀ ਉਹਨਾਂ ਕੋਲੇ ਰਹਿੰਦਾ ਇਨਸਾਨ ਹੈ ਇਨਸਾਨ ਕੋਲ ਗਲਤੀ ਹੋ ਜਾਂਦੀ ਹੈ ਇੱਕ ਜਮ੍ਹਾਂਬੰਦੀ ਦੂਸਰੀ ਹਰ ਸਿਮਾਹੀ ਤੇ ਗਰਤੌਰੀ ਹੁੰਦੀ ਹੈ ਇਸੇ ਤਰ੍ਹਾਂ ਇੱਕ ਥਾਂ ਤੋਂ ਜਦੋਂ ਜ਼ਮੀਨ ਵੇਚ ਕੇ ਦੂਸਰੀ ਥਾਂ ਤੇ ਜਾਂਦੀ ਆ ਤਾਂ ਇਨਤਕਾਲ ਹੁੰਦੇ ਆ ਨਾਮ ਤੇ ਚੜਦੀ ਆ ਇਸੇ ਤਰ੍ਹਾਂ ਜਦੋਂ ਵਿਰਾਸਤ ਕਿਸੇ ਦੀ ਕੋਈ ਕਿਸੇ ਦੇ ਨਾਮ ਤੇ ਸਾਰੀ ਜ਼ਮੀਨ ਕਰ ਦਿੰਦਾ ਜਾਂ ਬਜ਼ੁਰਗਾਂ ਦੀ ਫੌਤ ਹੋ ਜਾਂਦੇ ਆ ਸਵਰਗਵਾਸ ਹੋ ਜਾਂਦੇ ਆ ਤਾਂ ਉਹਨਾਂ ਦੀ ਜ਼ਮੀਨ ਉਹਨਾਂ ਦੇ ਗਾਂ ਬੱਚਿਆਂ ਦੇ ਨਾਂ ਤੇ ਚੜਦੀ ਹੈ ਤਾਂ ਇੱਥੇ ਕਈ ਵਾਰੀ ਛੋਟੀਆਂ ਛੋਟੀਆਂ ਗਲਤੀਆਂ ਹੁੰਦੀਆਂ ਉਹ ਕਿਹੋ ਜੀਆਂ ਗਲਤੀਆਂ ਹੁੰਦੀਆਂ ਕਿਸੇ ਦਾ ਨਾਂ ਹੀ ਛੁੱਟ ਗਿਆ ਜਾਂ ਮਿੰਦਰ ਕੌਰ ਲਿਖਣਾ ਸੀ ਮਿੰਦਰ ਸਿੰਘ ਲਿਖ ਦਿੱਤਾ ਜ਼ਮੀਨ ਦਾ ਹਿੱਸਾ 3/4 ਲਿਖਣਾ ਸੀ 1/4 ਲਿਖਿਆ ਗਿਆ ਸੋ ਇਹ ਛੋਟੀਆਂ ਛੋਟੀਆਂ ਗਲਤੀਆਂ ਹੋ ਜਾਂਦੀਆਂ ਨੇ ਪਤਾ ਉਦੋਂ ਲੱਗਦਾ ਜਦੋਂ ਸਾਨੂੰ ਲੋੜ ਪੈਂਦੀ ਹੈ ਸੋ ਇਹ ਹੈ ਕਿ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣੇ ਜ਼ਮੀਨ ਦਾ ਰਿਕਾਰਡ ਹਮੇਸ਼ਾ ਦਰੁਸਤ ਕਰਵਾ ਕੇ ਰੱਖੋ ਉਹਦੇ ਲਈ ਜ਼ਰੂਰੀ ਆ ਕਿ ਹਰ ਛਮਾਈ ਆਪਣੀ ਗਰਦੌਰੀ ਲਿਆ ਕੇ ਰੱਖੋ ਹਰ 5 ਸਾਲਾਂ ਬਾਅਦ ਜਿਹੜੀ ਤੁਹਾਡੀ ਜਮ੍ਹਾਂਬੰਦੀ ਬਣਦੀ ਆ ਉਹਦਾ ਖਿਆਲ ਰੱਖੋ ਕਿ ਉਹ ਚ ਕੋਈ ਗਲਤੀ ਤਾਂ ਨਹੀਂ ਹੋ ਗਈ ਜੇ ਗਲਤੀ ਹੋ ਗਈ ਹੋਵੇ ਤੇ ਉਹਨੂੰ ਤੁਸੀਂ ਦਰੁਸਤ ਕਰਵਾ ਲਵੋ ਇਹ ਗਲਤੀ ਦਰੁਸਤ ਕਰਾਉਣੀ ਬਹੁਤ ਔਖੀ ਪੈਂਦੀ ਜੇ ਕਿਉਂਕਿ ਗਲਤੀ ਕਰਦੇ ਆ ਮਾਲ ਵਿਭਾਗ ਦੇ ਵਾਲੇ ਭੁਗਤਣੀ ਪੈਂਦੀ ਆ ਕਿਸਾਨਾਂ ਨੂੰ ਇੱਕ ਸਮ ਨੂੰ ਜਦੋਂ ਕਿਤੇ ਬੜੀ ਲੋਡ ਹੁੰਦੀ ਆ ਤੇ ਫਿਰ ਹੱਥ ਵੀ ਗਰਮ ਕਰਨਾ ਪੈਂਦਾ ਤੇ ਮਾਲ ਮਹਿਕਮੇ ਵਾਲੇ ਕਦੇ ਨਹੀਂ ਮੰਨਦੇ ਕਿ ਇਹ ਗਲਤੀ ਸਾਡੀ ਆ ਤੇ ਇਹਨੂੰ ਅਸੀਂ ਹੀ ਠੀਕ ਕਰਾਂਗੇ ਉਹ ਕਹਿਣਗੇ ਜੀ ਦਰਖਾਸਤ ਦੇਣੀ ਪਊਗੀ ਇਹ ਤਹਿਸੀਲਦਾਰ ਸਾਹਿਬ ਮਾਰਕ ਕਰਨਗੇ ਫਿਰ ਹੋਊਗੀ ਤੇ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਇਹਨੂੰ 2 3 4 ਮਹੀਨੇ ਲੱਗ ਜਾਣੇ ਆ ਤੇ ਫਿਰ ਅਸੀਂ ਕੀ ਕਰਦੇ ਆ ਲੋਡ ਸਾਨੂੰ ਹੁੰਦੀ ਆ ਫਿਰ ਅਸੀਂ ਜਿਹੜਾ ਉਹ ਹੱਥ ਗਰਮ ਕਰਦੇ ਆ ਇਹ ਭ੍ਰਿਸ਼ਟਾਚਾਰ ਜਿਹੜਾ ਨਾ ਇਹ ਫਿਰ ਇੰਜ ਵਧਣਾ ਸ਼ੁਰੂ ਹੁੰਦਾ ਉਹਨਾਂ ਦੀ ਡਿਊਟੀ ਆ ਵੈਸੇ ਠੀਕ ਕਰਨਾ ਪਰ ਅਸੀਂ ਆਪਣੀਆਂ ਸਾਡੀਆਂ ਮਜਬੂਰੀਆਂ ਹੁੰਦੀਆਂ ਨੇ ਸਾਨੂੰ ਇਸ ਤੋਂ ਬਚਾ ਕਰਨਾ ਚਾਹੀਦਾ ਸੋ ਕਹਿਣ ਦਾ ਭਾਵ ਹੈ ਜਿਹੜੀ ਤੁਹਾਡੀ ਜ਼ਮੀਨ ਆ ਪਹਿਲੀ ਗੱਲ ਕਿ ਉਹਦਾ ਰਿਕਾਰਡ ਉਹਦੇ ਵਿੱਚ ਨਾਮ ਦਰੁਸਤ ਕਰਾ ਕੇ ਰੱਖੋ ਕਿਉਂਕਿ ਅੱਜ ਕੱਲ ਸਾਡੇ ਬੱਚੇ ਬਾਹਰ ਜਾਂਦੇ ਆ ਉਹਨਾਂ ਨੂੰ ਉਹਨਾਂ ਕਾਗਜ਼ਾਂ ਦੀ ਲੋੜ ਪੈਂਦੀ ਆ ਉਹ ਕਈ ਵਾਰੀ ਨਾਮ ਗਲਤ ਲਿਖਿਆ ਹੁੰਦਾ ਜਿਵੇਂ ਕਿਸੇ ਦਾ ਨਾਮ ਗੁਰਬੀਰ ਸਿੰਘ ਹੈ ਬੱਬੇ ਨਾਲ ਵੀਰ ਸਿੰਘ ਤੇ ਉੱਥੇ ਲਿਖ ਦਿੱਤਾ ਗੁਰਵੀਰ ਸਿੰਘ ਹਾਂਜੀ ਇਸ ਤਰ੍ਹਾਂ ਦੀ ਗਲਤੀ ਨਾਮ ਹੈ ਗੁਰਜੋਤ ਸਿੰਘ ਤੇ ਉੱਥੇ ਪੈ ਗਿਆ ਗੁਰਜੀਤ ਸਿੰਘ ਉਹ ਫਿਰ ਸੁਧਾਰ ਕਰਨ ਦੇ ਲਈ ਬੜਾ ਮੁਸ਼ਕਲ ਲਾ ਹੁੰਦਾ ਹੈ ਟਾਈਮ ਲੱਗਦਾ ਉਹਦੇ ਵਾਸਤੇ ਤੇ ਲੋਡ ਹੁੰਦੀ ਆ ਉਸ ਵਕਤ ਤੁਹਾਨੂੰ ਬਹੁਤ ਜਲਦੀ ਸੋ ਇਸ ਕਰਕੇ ਪਹਿਲਾਂ ਹੀ ਆਪਾਂ ਨੂੰ ਆਪਣਾ ਰਿਕਾਰਡ ਜਿਹੜਾ ਦਰੁਸਤ ਰੱਖਣਾ ਚਾਹੀਦਾ ਦੂਸਰਾ ਇਹ ਮਿੱਟੀ ਆ ਇਹਨੂੰ ਆਪਾਂ ਤੋਲ ਨਹੀਂ ਸਕਦੇ ਪਰ ਕਿਉਂਕਿ ਪੰਜਾਬ ਦੇ ਵਿੱਚ ਮਰੱਬਾ ਬੰਦੀ ਹੋ ਚੁੱਕੀ ਹੋਈ ਆ ਇਹਦੇ ਨਕਸ਼ੇ ਬਣ ਚੁੱਕੇ ਹੋਏ ਆ ਛਿਜ਼ਰੇ ਬਣੇ ਹੋਏ ਆ ਸਾਰੀ ਜ਼ਮੀਨ ਦਾ ਹਸਾਬ ਕਿਤਾਬ ਆ ਕਿੱਥੇ ਰਾਹ ਆ ਕਿੱਥੇ ਖੂਹ ਆ ਕਿੱਥੇ ਖਾਲ ਆ ਕਿੱਥੇ ਨਹਿਰ ਆ ਕਿੱਥੇ ਸੜਕ ਆ ਕਿੱਥੇ ਬੋਰ ਆ ਸਭ ਕੁਝ ਆ ਸੋ ਫਿਰ ਵੀ ਕਈਆਂ ਨੂੰ ਆਦਤ ਹੁੰਦੀ ਆ ਕਿ ਵਟ ਨੂੰ ਵੱਢੀ ਜਾਣਾ ਤੇ ਆਪਣੇ ਪਾਸਿਓਂ ਵੱਢ ਕੇ ਦੂਸਰੇ ਪਾਸੇ ਮਿੱਟੀ ਲਾ ਦੇਣੀ ਤੇ ਫਿਰ ਹੌਲੀ 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 ਉਹ ਵਟ ਉਧਰਲੇ ਪਾਸੇ ਚਲੀ ਜਾਂਦੀ ਆ ਤੇ ਆਪਾਂ ਵੇਖਦੇ ਆ ਕਿ ਵਟਾਂ ਤੋਂ ਕਿੰਨੀਆਂ ਲੜਾਈਆਂ ਹੁੰਦੀਆਂ ਇਹ ਬੜੀ ਵੱਡੀ ਬੇਵਕੂਫੀ ਹੁੰਦੀ ਆ ਕਿ ਵਟ ਵੱਢ ਕੇ ਆਪਣੀ ਥਾਂ ਵਧਾਉਣੀ ਇਸੇ ਤਰ੍ਹਾਂ ਪਾਣੀ ਤੋਂ ਬੜੀ ਲੜਾਈ ਹੁੰਦੀ ਆ ਸੋ ਇਹ ਨਿੱਕੇ ਨਿੱਕੇ ਮੁਕਦਮੇ ਫਿਰ ਕਈ ਕੋਰਟਾਂ ਚ ਪਹਿਲਾਂ ਪਿੰਡ ਚ ਲੜਾਈ ਹੁੰਦੀ ਆ ਸੱਟਾਂ ਖਾਂਦੇ ਆ ਫਿਰ ਥਾਣੇ ਚ ਜਾ ਕੇ ਵੀ ਉਹਨਾਂ ਦੀ ਕਮਾਈ ਵੀ ਕਰਾਉਨੇ ਆਪਾਂ ਫਿਰ ਅਦਾਲਤਾਂ ਚ ਸਾਡੀਆਂ ਪੁਸ਼ਤਾਂ ਤੱਕੇ ਖਾਂਦੀਆਂ ਨੇ ਸੋ ਵੀਰੋ ਬੇਨਤੀ ਹੈ ਪਹਿਲੀ ਗੱਲ ਆਪਣਾ ਰਿਕਾਰਡ ਦੁਰਸਤ ਰੱਖੋ ਆਪਣੀਆਂ ਜ਼ਮੀਨਾਂ ਦੀਆਂ ਵਟਾਂ ਨਾ ਵਢੋ ਇੱਕ ਦੂਸਰੇ ਦਾ ਨੁਕਸਾਨ ਕਰਨ ਬਾਰੇ ਨਾ ਸੋਚੋ ਜਿਹੜੀ ਤੁਹਾਡੀ ਵਟ ਨਿਕਲਦੀ ਆ ਉਹ ਕਢਾਓ ਅੱਜ ਕੱਲ ਤੇ ਸਿਸਟਮ ਬੜਾ ਵਧੀਆ ਆ ਗਿਆ ਨਿਸ਼ਾਨਦੇਹੀ ਲੈਣ ਦਾ ਜੀਪੀਐਸ ਦੇ ਨਾਲ ਇੱਕ ਨਵਾਂ ਸਿਸਟਮ ਆ ਉਹਦੇ ਨਾਲ ਤੁਹਾਨੂੰ ਨਿਸ਼ਾਨਦੇਹੀ ਹੁੰਦੀ ਐਨ ਬਿਲਕੁਲ ਪੁਆਇੰਟ ਟੂ ਪੁਆਇੰਟ ਜਾ ਕੇ ਤੁਹਾਡੀ ਜ਼ਮੀਨ ਦੀ ਨਿਸ਼ਾਨ ਨਿਸ਼ਾਨਦਾਈ ਹੋ ਜਾਂਦੀ ਐ ਸੋ ਦੂਸਰੀ ਗੱਲ ਐ ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਛੋਟੇ-ਛੋਟੇ ਝਗੜਿਆਂ ਨੂੰ ਸਾਨੂੰ ਥਾਣੇ 'ਚ ਜਾਂ ਕੋਰਟਾਂ 'ਚ ਨਹੀਂ ਲੈ ਕੇ ਜਾਣਾ ਚਾਹੀਦਾ ਆਪਸ ਵਿੱਚ ਬੈਠ ਕੇ ਨਿਬੜ ਲੈਣਾ ਚਾਹੀਦਾ ਕਿਉਂਕਿ ਅਸੀਂ ਸਿਰਫ ਹਉਮੈ ਤੇ ਸਾਡੀ ਜਿਹੜੀ ਆਕੜ ਵੀ ਸਾਡਾ ਨੱਕ ਨੀਵਾ ਹੋ ਜਾਊਗਾ ਸਾਡੀ ਗਰਦਨ ਥੱਲੇ ਹੋ ਜਾਊਗੀ ਸ਼ਰੀਕਾਂ ਤੋਂ ਇਸ ਰੀਕੇਬਾਜ਼ੀ ਨੂੰ ਛੱਡਿਏ ਇਹਨਾਂ ਗੱਲਾਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹੋਇਆ ਮੁਕਦਮੇ ਨਹੀਂ ਨਿਬੜਦੇ ਪਹਿਲਾਂ ਹੇਠਲੀ ਅਦਾਲਤ 'ਚ ਫੇਰ ਸੈਸ਼ਨ ਦੇ ਫੇਰ ਹਾਈ ਕੋਰਟ ਫੇਰ ਸਿੰਗਲ ਬੈਂਚ ਫੇਰ ਡਬਲ ਬੈਂਚ ਫੇਰ ਫੁੱਲ ਬੈਂਚ ਫੇਰ ਸੁਪਰੀਮ ਕੋਰਟ ਉੱਤੇ ਫੇਰ ਬੈਂਚ ਇੱਕ دیਵਾਨੀ ਦਾਵਾ ਜਿਹੜਾ ਉਹਨੂੰ ਤੁਸੀਂ ਇੱਕ ਪੁਸਤਕ ਕਦੇ ਨਹੀਂ ਨਿਬੇੜ ਸਕਦੇ ਲੇਕਿਨ ਜੇ ਤੁਸੀਂ ਸਿਆਣਪ ਵਰਤੋਂ ਪਿਆਰ ਨਾਲ ਬੈਠ ਕੇ ਦੋ ਭਰਾਵਾਂ ਨੂੰ ਵਿਚ ਪਾ ਕੇ ਵਰਤ ਲੋ ਤਾਂ ਤੁਹਾਡਾ ਖਰਚਾ ਬਚੇਗਾ ਤੁਹਾਡੀ ਖੇਚਲ ਬਚੇਗੀ ਤੁਹਾਡੀ ਪਰੇਸ਼ਾਨੀ ਬਚੇਗੀ ਤੁਹਾਡੇ ਬੱਚੇ ਅੱਗੇ ਪੜ੍ਹ ਲਿਖ ਸਕਣਗੇ ਕੋਈ ਚੰਗਾ ਕੰਮ ਕਰ ਸਕਣਗੇ ਨਹੀਂ ਤੇ ਮੁਕਦਮਿਆਂ 'ਚ ਪਾ ਕੇ ਅਸੀਂ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕਰ ਦਿੰਨੇ ਆ ਆਪਣੀਆਂ ਵੀ ਕਰ ਲੈਨੇ ਆ ਤੇ ਪੱਲੇ ਕੁਛ ਨਹੀਂ ਪੈਂਦਾ ਹੁਣ ਵੇਲਾ ਹੁੰਦਾ ਦਿਓ ਇਜਾਜ਼ਤ ਸਾਰੇ ਨੂੰ ਸਾਸਰੀ ਕਾ